ਅੱਜ ਮੈਂ ਫੇਰ ਤੁਹਾਡੇ ਸਾਹਮਣੇ ਪੰਜਾਬੀ ਫਿਲਮੀ ਹਸਤੀ ਨੂੰ ਲੈ ਕੇ ਆ ਰਿਹਾ ਜਿਨ੍ਹਾਂ ਦੀਆਂ ਫਿਲਮਾਂ ਨੇ ਹਿੰਦੁਸਤਾਨ ਹੀ ਨਹੀਂ ਬਾਹਰਲੇ ਦੇਸ਼ਾਂ 'ਚ ਵੀ ਧੂਮ ਮਚਾਈ ਗੋਗੋਗੇ ਤੁਹਾਨੂੰ ਸਵਾਗਤ ਹੈ ਜਿੱਥੇ ਤੱਕ ਮੈਨੂੰ ਯਾਦ ਹੈ ਤੁਹਾਡੀ ਪਹਿਲੀ ਫਿਲਮ ਸੀ ਪੁੱਤ ਜੱਟਾਂ ਦੇ ਜਿਹਨੂੰ ਡਾਇਰੈਕਟ ਕੀਤਾ ਸੀ ਜਗਜੀਤ ਚੂੜਚੱਕ ਨੇ ਲੈ ਵੀ ਜਗੇਰਿਆ ਪਿਛਲੇ ਸਾਲ ਦਾ ਬਦਲਾ ਲੈ ਲਿਆ ਸਾਡੇ ਕਾਲੂ ਨੇ ਚੰਗਾ ਮੇਰੀ ਆਪਣੀ ਫਿਲਮ ਹੋਣ ਦੇ ਨਾਤੇ ਮੇਰਾ ਇੱਕ ਤਰ੍ਹਾਂ ਦਾ ਸਕਰੀਨ ਟੈਸਟ ਸੀ ਉਹ ਫਿਲਮ ਉਹ ਰੋਲ ਅੱਛਾ ਔਰ ਬੜਾ ਅੱਛਾ ਲੱਗਿਆ ਜਗਜੀਤ ਹੋਰਾ ਨਾਲ ਕੰਮ ਕਰਕੇ ਉਹ ਮੇਰੇ ਫਿਲਮ ਲਾਈਨ ਦੇ 우ਸਤਾਦ ਵੀ ਸਨ ਅੱਛਾ ਇੱਕ ਗੱਲ ਹੋਰ ਦੱਸੋ ਜਦੋਂ ਤੁਸੀਂ ਇਸ ਫਿਲਮ ਲਾਈਨ ਵਿੱਚ ਆਏ ਤਾਂ ਤੁਹਾਡੇ ਪਰਿਵਾਰ ਵਿੱਚ ਕੀ ਰਿਐਕਸ਼ਨ ਹੋਇਆ ਆ ਮਤਲਬ ਕੋਈ ਰੁਕਾਵਟ ਤੇ ਨਹੀਂ ਆਈ ਬਿਲਕੁਲ ਨਹੀਂ ਜੀ ਮੇਰਾ ਪਰਿਵਾਰ ਹਮੇਸ਼ਾ ਮੈਨੂੰ ਹੌਸਲਾ ਫਜ਼ਾਈ ਦਿੰਦਾ ਰਿਹਾ ਮੇਰੇ ਬਾਪੂ ਜੀ ਮੇਰੇ ਵੱਡੇ ਵੀਰ ਖਾਸ ਤੌਰ ਤੇ ਮੇਰੀ ਵਾਈਫ ਮੇਰੇ ਮਾਤਾ ਜੀ ਸਾਰਿਆਂ ਨੇ ਮੈਨੂੰ ਹੌਸਲਾ ਦਿੱਤਾ ਔਰ ਮੇਰੇ ਬਾਪੂ ਜੀ ਨੇ ਇਹ ਗੱਲ ਕਹੀ ਸੀ ਕਿ ਤੂੰ ਆਪਣਾ ਸ਼ੌਕ ਪੂਰਾ ਕਰ ਪਰ ਆਪਣੇ ਦਾਇਰੇ ਚ ਰਹਿ ਕੇ ਫੈਮਿਲੀ ਨੂੰ ਬੰਬੇ ਨਹੀਂ ਲੈ ਕੇ ਜਾਣਾ ਬੱਚੇ ਫੈਮਿਲੀ ਸਾਰੇ ਮੇਰੇ ਆਪਣੇ ਘਰ ਹੀ ਰਹਿੰਦੇ ਰਹੇ ਹਮੇਸ਼ਾ ਤੋਂ ਔਰ ਅੱਜ ਵੀ ਉੱਥੇ ਹੀ ਐ ਮੈਂ ਆਪਣਾ ਸ਼ੌਕ ਪੂਰਾ ਕਰ ਰਿਹਾ ਹਾਂ ਫਿਲਮਾਂ ਦੇ ਵਿੱਚ ਮਖਣਾ ਬਲ ਗਿਆ ਦਿਨ ਜਿਸ ਦਿਨ ਤੂੰ ਤੇ ਤੇਰਾ ਪੁੱਤਰ ਵੱਡੇ ਸਰਦਾਰ ਜੀ ਦੇ ਪੈਰਾਂ ਵਿੱਚ ਬੈਠ ਕੇ ਕੁੱਤਿਆਂ ਦੀ ਤਰ੍ਹਾਂ ਜ਼ਿੰਦਗੀ ਦੀ ਪੀਕ ਮੰਗ ਰਹੇ ਹੋ ਤੁਸੀਂ ਬਹੁਤ ਸਾਰੀਆਂ ਹੀਰੋਇਨ ਨਾਲ ਕੰਮ ਕੀਤਾ ਹੈ ਉਹਨਾਂ ਸਾਰੀਆਂ ਵਿੱਚੋਂ ਤੁਹਾਨੂੰ ਕਿਹੜੀ ਹੀਰੋਇਨ ਨਾਲ ਜ਼ਿਆਦਾ ਕੰਮ ਕਰਕੇ ਆਨੰਦ ਆਇਆ ਹੈ ਮਤਲਬ ਅੱਛਾ ਲੱਗਿਆ ਸਾਰੀਆਂ ਨਹੀਂ ਚੰਗਾ ਕੰਮ ਕੀਤਾ ਔਰ ਮੌਕੇ ਦੇ ਮੁਤਾਬਕ ਸਾਰੀਆਂ ਨਾਲ ਹੀ ਮੈਂ ਕੰਫਰਟੇਬਲ ਸੀ ਮੇਰੀ ਕਿਸੇ ਨਾਲ ਕਦੇ ਵੀ ਕੋਈ ਕੋਈ ਦੁਸ਼ਵਾਰੀ ਨਹੀਂ ਆਈ ਮੈਨੂੰ ਕਿਸੇ ਨਾਲ ਕੰਮ ਕਰਕੇ ਹੋ ਕੁੜੀ ਦੀ ਦਵਿਜਾ ਵਾਲ ਕਿੰਨੀ ਸੋਹਣੀ ਲੱਗਦੀ ਤੱਕ ਤੱਕ ਤੈਨੂੰ ਮੇਰੀ ਅੱਖ ਨਹੀਂ ਉਰਜਦੀ ਹੁਣ ਤੱਕ ਤੁਸੀਂ ਕਿੰਨੀਆਂ ਕੋ ਫਿਲਮਾਂ ਚ ਕੰਮ ਕਰ ਚੁੱਕੇ ਹੋ ਤੇ ਉਹਨਾਂ ਵਿੱਚੋਂ ਤੁਹਾਨੂੰ ਕਿਹੜੀ ਫਿਲਮ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਜੱਟ ਜਿਉਣਾ ਮੋੜ ਬਦਲਾ ਜੱਟੀ ਦਾ ਅਣਖ ਜੱਟਾਂ ਦੀ ਵਰੋ ਦੇ ਗਲੀ ਟਾਂਡੇ ਪੰਨ ਨਹੀਂ ਆਏ ਹੋਰ ਵੀ ਹੈ ਕਈ ਪਰ ਇਹ ਜ਼ਿਆਦਾ achiyan rahiyan lokaan ne vi bahut pasand kitiyan aur mainu vi changiyan lagiyan acha ਤੁਹਾਡਾ ਹੁਣ ਤੱਕ ਦਾ ਮਨਪਸੰਦ ਡਾਇਰੈਕਟਰ ਕੌਣ ਹੈ ਮੇਰੀਆਂ ਜ਼ਿਆਦਾ ਫਿਲਮਾਂ ਰਵਿੰਦਰ ਰਵੀ ਨਾਲ ਹੀ ਹਿੱਟ ਹੋਈਆਂ ਔਰ ਮੇਰੇ ਖਿਆਲ ਵਿੱਚ ਮੈਂ ਉਹਨਾਂ ਨਾਲ ਹੀ ਕੰਫਰਟੇਬਲ ਮਹਿਸੂਸ ਕਰਦਾ ਹਾਂ ਜੀ ਹਾਂ ਜੇ ਬਾਜ਼ੀ ਤੂੰ ਜਿੱਤ ਗਿਆ ਉਹ ਤਿਆਰ ਤੇ ਆਪਣਾ ਹਥਿਆਰ ਮੈਂ ਤੈਨੂੰ ਆਪ ਸੌਂਪ ਦਿਆਂਗਾ ਤੇਰੀ ਮਰਜ਼ੀ ਤੇ ਵੈਸੇ ਡਾਇਰੈਕਟਰ ਜਿੰਨਾਂ ਨਾਲ ਵੀ ਮੈਂ ਕੰਮ ਕੀਤਾ ਉਹ ਸਾਰੀ ਚੋਟੀ ਦੇ ਆ ਅੱਛਾ ਕੰਮ ਲਿਆ ਉਹਨਾਂ ਨੇ ਤੁਸੀਂ ਜ਼ਿਆਦਾਤਰ ਮਾਰ ਧਾੜ ਦੀਆਂ ਫਿਲਮਾਂ 'ਚ ਕੰਮ ਕੀਤਾ ਹੈ ਇਦਾ ਕਾਰਨ ਕੀ ਹੈ ਮਤਲਬ ਤਾਂ ਇਹ ਹੁੰਦਾ ਜੀ ਵੀ ਕਹਾਣੀ ਅੱਛੀ ਹੋਣੀ ਚਾਹੀਦੀ ਹੈ ਫਿਲਮ ਮੱਚੀ ਹੋਣੀ ਚਾਹੀਦੀ ਹੈ ਉਹ ਕਿਸੇ ਤੇ ਹੀ ਬਣੇ ਉਸ ਦੌਰ ਦੇ ਵਿੱਚ ਉਸ ਤਰ੍ਹਾਂ ਦੀਆਂ ਫਿਲਮਾਂ ਬੜੀਆਂ ਹਿੱਟ ਹੋਈਆਂ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਟਾਈਪ ਦੀ ਫਿਲਮ ਜੇ ਹਿੱਟ ਹੋ ਜਾਏ ਤਾਂ ਮੇਰੇ ਖਿਆਲ ਦੇ ਵਿੱਚ ਅਨੇਕਾਂ ਹੀ ਫਿਲਮਾਂ ਉਸ ਪੈਟਰਨ ਤੇ ਬਣਦੀਆਂ ਮੈਂ ਤਾਂ ਇਹ ਸਮਝਦਾ ਕਿ ਇਹ ਹੀ ਵਜ੍ਹਾ ਸੀ ਗੱਗੂ ਜੀ ਕੀ ਤੁਸੀਂ ਸਮਝਦੇ ਹੋ ਪੰਜਾਬੀ ਫਿਲਮਾਂ ਵਿੱਚ ਇੱਕ ਚੰਗੇ ਮੇਕਰ ਦੀ ਲੋੜ ਹੈ ਤੁਹਾਡੀ ਨਜ਼ਰ ਵਿੱਚ ਅਜੇ ਤੱਕ ਚੰਗਾ ਮੇਕਰ ਕੌਣ ਹੈ ਪ੍ਰੋਡਿਊਸਰ ਤਾਂ ਕਾਫੀ ਅੱਛੇ ਹੈ ਪ੍ਰੀਤੀ ਸਪਰੂ ਬਹੁਤ ਅੱਛੇ ਹੈ ਕਾ ਪਪੀ ਦਾ ਕਾ ਤੇ ਤੁਰਹੀ ਤਾਂ ਤੇਰੇ ਅਥਰੂਆਂ ਨੂੰ ਵੇਖ ਕੇ ਬਾਪੂ ਨਾਲ ਕੀਤੇ ਹੋਏ ਵਾਅਦੇ ਤੋਂ ਮੈਂ ਟੁੱਟ ਹੋ ਜਾਵਾਂਗਾ ਪਾਪੀ ਇੱਕ ਬਾਲ ਢਿੱਲੋਂ ਬਹੁਤ ਅੱਛੇ ਹੈ ਕਰੈਕਟ ਮੇਰੀਆਂ ਹੋਮ ਪ੍ਰੋਡਕਸ਼ਨ ਦੀਆਂ ਫਿਲਮਾਂ ਤਾਂ ਕੁਦਰਤੀ ਗੱਲ ਆ ਉਹ ਤਾਂ ਮੇਰੀਆਂ ਆਪਣੀਆਂ ਸਨ ਕਾਫੀ ਫਿਲਮਾਂ ਬਣੀਆਂ ਮੇਰੇ ਵੱਡੇ ਭਾਈ ਸਾਹਿਬ ਰੁਪਿੰਦਰ ਸਿੰਘ ਗਿੱਲ ਹੋਰਾਂ ਨੇ ਬਣਾਈਆਂ ਸੀ ਮੈਂ ਸਾਰਿਆਂ ਨਾਲ ਠੀਕ ਹੀ ਮਹਿਸੂਸ ਕੀਤਾ ਕਿਉਂਕਿ ਬਹੁਤ ਪਿਆਰ ਦਿੱਤਾ ਸਾਰਿਆਂ ਨੇ ਮੈਨੂੰ ਤੁਹਾਡਾ ਤੇ ਯੋਗਰਾਜ ਸਿੰਘ ਦੀਆਂ ਯਾਰੀ ਦੀਆਂ ਲੋਕ ਸੋਹਾ ਖਾਂਦੇ ਹੁੰਦੇ ਸੀ ਵਿੱਚ ਨੂੰ ਇਹ ਕਿਹੋ ਜਿਹਾ ਦੌਰ ਆਇਆ ਕਿ ਤੁਸੀਂ ਦੋਏ ਅਲੱਗ-ਅਲੱਗ ਹੋ ਗਏ ਕਾਰਨ ਕੀ ਸੀਗਾ ਤੁਹਾਡਾ ਅਲੱਗ ਹੋਣ ਦਾ ਕਰੰਤ ਤਾਂ ਪਤਾ ਨਹੀਂ ਕੀ ਸੀ ਪਰ ਅਲੱਗ ਜ਼ਰੂਰ ਹੋਏ ਸੀ। ਯੋਗ ਦੇ ਬੀਜੀ ਉਹਨਾਂ ਦੇ ਮਾਂ ਜੀ ਮੈਨੂੰ ਬਹੁਤ ਪਿਆਰ ਕਰਦੇ ਸੀ ਇਹਦੇ ਕੋਈ ਸ਼ੱਕ ਨਹੀਂ। ਉਹ ਆਪਣੇ ਪੁੱਤਰ ਦੇ ਨਾਂ ਯੋਗਰਾਜ ਹੋਰਾਂ ਦੇ ਨਾਂ ਚਿੱਠੀਆਂ ਲਿਖਦੇ ਹੁੰਦੇ ਸੀ ਜਿਸ ਤਰ੍ਹਾਂ ਕੋਈ ਡਾਇਰੀ ਲਿਖੀ ਜਾਂਦੀ ਹੈ। ਵਾਹ ਉਹ ਚਿੱਠੀ ਲਿਖ ਕੇ ਆਪਣੇ ਕੋਲ ਹੀ ਰੱਖ ਲੈਂਦੇ ਸੀ। ਜਦੋਂ ਗੁਜ਼ਰ ਗਏ ਤਾਂ ਉਹਨਾਂ ਚਿੱਠੀਆਂ ਵਿੱਚੋਂ ਇੱਕ ਚਿੱਠੀ ਮਿਲੀ ਜਿਹਦੇ ਉੱਤੇ ਉਹਨਾਂ ਨੇ ਯੋਗਰਾਜ ਨੂੰ ਇਹ ਲਿਖਿਆ ਸੀ ਕਿ ਤੇਰੇ ਬਿਹਤਰੀਨ ਦੋਸਤਾਂ ਵਿੱਚੋਂ ਬਲਕਿ ਬਿਹਤਰੀਨ ਦੋਸਤ ਗੁੱਗੂ ਗੇਲੀ ਹੈ। ਕੀ ਬਾਤ ਤੇ ਮੈਂ ਆਪਣੇ ਆਪ ਨੂੰ ਸਮਝਦਾ ਮੇਰੀ ਬੜੀ ਇੱਜ਼ਤ ਅਫਜ਼ਾਈ ਹੋਈ ਬੀਜੀ ਵੱਲੋਂ ਬੜਾ ਪਿਆਰ ਕਰਦੇ ਸੀ। ਹਮੇਸ਼ਾ ਖਾਣਾ ਤੁਸੀਂ ਦੇਖੇ ਹੀ ਲੈ ਕੇ ਆਉਂਦੇ ਉਹ ਮੈਂ ਵੀ ਸ਼ਰੀਕ ਹੋਇਆ ਹਾਂ। ਹਾਂਜੀ ਹਾਂ ਤੇ ਦੂਸਰੀ ਗੱਲ ਸਾਡੇ ਅਲੱਗ ਹੋਣ ਦੀ ਪਰਾ ਪਰਾ ਬਹੁਤ ਵਾਰੀ ਸਕੇ ਭਰਾ ਵੀ ਕਿਸੇ ਵੇਲੇ ਗੁੱਸੇ ਗਿੱਲੇ ਹੋ ਜਾਂਦੇ ਐ ਇਹ ਇਹ ਅਸੀਂ ਅਲੱਗ ਜ਼ਰੂਰ ਹੋ ਗਏ ਸੀ ਪਰ ਅਸੀਂ ਇੱਕ ਦੂਸਰੇ ਦੀ ਇੱਜ਼ਤ ਕਰਦੇ ਰਹੇ ਉਹਦੀ ਹੀ ਵਜ੍ਹਾ ਹੈ ਕਿ ਅੱਜ ਅਸੀਂ ਫੇਰ ਉਸੇ ਤਰ੍ਹਾਂ ਇਕੱਠੇ ਆਂ ਸਾਨੂੰ ਕੋਈ ਸ਼ਰਮ ਨਹੀਂ ਕਿ ਅਸੀਂ ਉਸ ਦੌਰ ਦੇ ਵਿੱਚ ਕੋਈ ਵਾਅਦਾ ਕੀਤਾ ਹੋਵੇ ਇੱਕ ਦੂਸਰੇ ਤੇ ਔਰ ਯੋਗ ਮੇਰੇ ਵੱਡੇ ਵੀਰਾਂ ਦੀ ਤਰ੍ਹਾਂ ਮੈਂ ਬਹੁਤ ਇੱਜ਼ਤ ਕਰਦਾ ਉਹਨਾਂ ਦੀ ਬਹੁਤ ਅੱਛਾ ਐਕਟਰ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਜੇ ਵਧੀਆ ਐਕਟਰ ਗਿਨੇ ਜਾਂ ਤਾਂ ਮੇਰੇ ਖਿਆਲ ਚ ਪਹਿਲੇ ਨੰਬਰਾਂ ਦੇ ਵਿੱਚ ਯੋਗਰਾਜ ਹੋਰਾਂ ਦਾ ਨਾਮ ਆਉਗਾ ਕੋਈ ਸ਼ੱਕ ਨਹੀਂ ਹੈ ਨਾ ਕੋਈ ਸ਼ੱਕ ਨਹੀਂ ਤੇ ਬਸ ਇੱਕ ਗੱਲ ਹੈ ਕਿ ਕਿਸੇ ਨੂੰ ਮੈਂ ਮਾਫਕ ਕਿਸੇ ਨੂੰ ਮਾਵਾਦੀ ਉਹ ਮੈਨੂੰ ਤਾਂ ਬੜੇ ਮਾਫਕ ਆ ਉਹ ਮਾ ਇਹਦੇ ਨਾਲ ਹੀ ਜੁੜਦਾ ਹੋਇਆ ਇੱਕ ਹੋਰ ਸਵਾਲ ਕਿ ਜੇ ਅੱਜ ਕੁਝ ਮੇਕਰ ਪੰਜਾਬ ਵਿੱਚੋਂ ਉੱਠ ਕੇ ਯੋਗਰਾਜ ਸਿੰਘ ਨੂੰ ਕਹਿਣ ਜਾਂ ਗੁੱਗੂ ਗਿੱਲ ਨੂੰ ਕਹਿਣ ਹੂੰ ਹੂੰ ਕਿ ਤੁਹਾਨੂੰ ਦੋਨਾਂ ਨੂੰ ਲੈ ਕੇ ਫਿਰ ਫਿਲਮ ਬਣਾਉਣੀ ਹੈ ਹਮ ਹਮ ਕੀ ਤੁਸੀਂ ਸਹਿਮਤ ਹੋ ਇਹ ਤਾਂ ਮੇਰੇ ਵਾਸਤੇ ਖੁਸ਼ਕਿਸਮਤੀ ਵਾਲੀ ਗੱਲ ਹੋਊਗੀ ਕਿ ਯੋਗਰਾਜ ਨਾਲ ਮੇਰੇ ਵੱਡੇ ਵੀਰ ਨਾਲ ਔਰ ਐਸੇ ਕਲਾਕਾਰ ਦੇ ਨਾਲ ਮੈਨੂੰ ਫੇਰ ਮੌਕਾ ਮਿਲੂਗਾ ਅਸੀਂ ਕਾਫੀ ਫਿਲਮਾਂ ਕੀਤੀਆਂ ਬੜੀਆਂ ਹਿਟ ਰਹੀਆਂ ਔਰ ਮੈਨੂੰ ਅਮੂਮਨ ਲੋਕ ਮਿਲਦੇ ਐ ਮੇਰੇ ਘਰ ਆਉਂਦੇ ਐ ਮਿਲਣ ਵਾਲੇ ਫੈਨ ਲੋਕ ਔਰ ਸਾਰੀ ਤਕਰੀਬਨ ਅੱਧੇ ਤੋਂ ਜ਼ਿਆਦਾ ਲੋਕ ਇਹ ਕਹਿੰਦੇ ਆ ਕਿ ਕੱਠਿਆਂ ਦੀ ਕਦੋਂ ਫਿਲਮ ਆਊਗੀ ਇਹ ਹੁਣ ਆਪਣੇ ਸਾਡੇ ਵਾਸਤਾ ਹੈ ਨਹੀਂ ਕੋਈ ਪ੍ਰੋਡਿਊਸਰ ਇਸ ਤਰ੍ਹਾਂ ਦੀ ਕਹਾਣੀ ਲੈ ਕੇ ਆਊਗਾ ਤਾਂ ਅਸੀਂ ਕਬੂਲ ਕਰ ਹੀ ਲੈਣੀ ਹੈ ਯਾਰ ਨੱਕਾ ਓਏ ਤੂੰ ਯਾਰੀ ਤੇ ਨਾਂ ਤੇ ਤੱਬਾ ਹੈ ਤੇਰੇ ਵਰਗੇ ਸ਼ੈਤਾਨ ਕਦੇ ਯਾਰੀਆਂ ਦੇ ਕਾਬਲ ਨਹੀਂ ਹੁੰਦੇ ਉਹ ਉਹ ਯੋਗ ਵੀਰ ਤਾਂ ਹੈ ਹੀ ਹੈ ਜਾ ਉਹ ਉਹ ਇੱਕ ਪਾਸਾ ਹੀ ਆ ਉਹਦਾ ਯਾ ਤੋ ਬਹੁਤ ਜ਼ਿਆਦਾ ਮੁਹੱਬਤ ਕਰ ਸਕਦਾ ਕਿਸੇ ਨਾਲ ਜਾਂ ਜਮਾ ਹੀ ਨਹੀਂ ਕਰਦਾ ਬਿਲਕੁਲ ਦੂਸਰਾ ਪਾਸਾ ਹੈ ਤਸਵੀਰ ਦਾ ਉਹ ਉਹ ਮੇਰੇ ਖਿਆਲ ਦੇ ਵਿੱਚ ਮੈਨੂੰ ਜ਼ਿਆਦਾ ਪਿਆਰ ਕਰਦਾ ਜੇ ਕਿਸੇ ਨੂੰ ਨਹੀਂ ਕਰਦਾ ਤੋ ਦਿਖਾਵਾ ਜਾਂ ਨਹੀਂ ਕਰ ਸਕਦਾ ਕਿ ਵਿੱਚ ਵਾਲਾ ਪਾਸਾ ਹੈ ਨਹੀਂ ਤੇ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਦੋਹਾਂ ਦੇ ਵਿੱਚ ਐਡੀ ਵੱਡੀ ਦਰਾਰ ਪੈ ਚੁੱਕੀ ਹੈ ਸੋ ਇਹਦੇ ਵਿੱਚ ਅਸਲੀਅਤ ਕੀ ਸੀਗੀ ਮੈਂ ਤੁਹਾਨੂੰ ਦੱਸ ਕੇ ਹਟਿਆ ਨਾ ਕਿ ਭਰਾਵਾਂ ਦੇ ਵਿੱਚ ਵੀ ਫਰਕ ਪੈ ਜਾਂਦਾ ਹੈ ਦੋ ਜਿੰਨੇ ਦੋ ਜਿੰਨਾ ਕਰੀਬੀ ਰਿਸ਼ਤਾ ਹੁੰਦਾ ਹੈ ਦੋ ਇਨਸਾਨਾਂ ਦਾ ਉਨ ਉਨੀ ਹੀ ਉਹਨਾਂ ਦੀ ਹੋ ਸਕਦਾ ਕਿਸੇ ਵੇਲੇ ਨਫ਼ਰਤ ਹੋ ਜਾਏ ਹਾਂਜੀ ਔਰ ਯੋਗਰਾਜ ਵੀ ਬਹੁਤ ਜਜ਼ਬਾਤੀ ਹੈ ਮੈਂ ਵੀ ਮੇਰੇ ਖਿਆਲ ਚ ਉਸ ਨਾਲੋਂ ਕੁਝ ਜ਼ਿਆਦਾ ਹੀ ਜਜ਼ਬਾਤੀ ਹਾਂ ਤੇ ਉਹ ਮੈਂ ਸਮਝਦਾ ਸਾਡੀ ਆਪਣੀ ਬੇਵਗੂਫੀ ਸੀ ਕਿਸੇ ਦਾ ਕੋਈ ਰੋਲ ਨਹੀਂ ਸੀ ਹਾਂਜੀ ਸਾਡੀ ਆਪਣਾ ਪਾਗਲਪਨ ਸੀ ਜੇ ਸਾਨੂੰ ਕਿਸੇ ਨੇ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਕਿਉਂ ਗਲਤ ਸੋਚਿਆ ਕਿਉਂ ਉਸ ਨੂੰ ਮੌਕਾ ਦਿੱਤਾ ਠੀਕ ਹੈ ਨਾ ਕਹਿੰਦੇ ਨੇ ਜੋ ਬੰਬੇ ਦਾ ਪਾਣੀ ਪੀ ਲੈਂਦਾ ਹੈ ਨਾ ਉਹ ਫਿਰ ਵਾਪਸ ਨਹੀਂ ਪਰਤਦਾ ਤੇ ਉੱਥੇ ਹੀ ਦਿਲ ਦੇ ਬੈਠਦਾ ਹੈ ਤੁਹਾਡੇ ਨਾਲ ਤਾਂ ਨਹੀਂ ਕੁਝ ਇਸ ਤਰ੍ਹਾਂ ਹੋਇਆ ਜਿਹੜੇ ਪਾਣੀ ਦੀ ਤੁਸੀਂ ਗੱਲ ਕਰਦੇ ਹੋ ਮੈਂ ਉਹ ਪਾਣੀ ਉਬਾਲ ਕੇ ਪੀਣਾ ਤਾਂ ਜੋ ਇਸ ਕੀ ਆ ਕਿਟਾਣੂ ਮਰ ਜਾਣ ਮੇਰੇ ਨਾਲ ਐਸਾ ਕੁਝ ਨਹੀਂ ਹੋਇਆ ਜੀ ਦੇਰ ਉਪਦੀ ਮੇਰੀ ਰਹੀ ਹੈ اچھا ਇੱਕ ਗੱਲ ਹੋਰ ਕਹਾਵਤ ਹੈ ਕਿ ਜਿਹੜਾ ਫਿਲਮ ਲਾਈਨ ਦੇ ਵਿੱਚ ਇੱਕ ਛੋਟਾ ਜਿਹਾ ਰੋਲ ਕਰ ਲੈਂਦਾ ਹੈ ਉਹ ਸਿੱਧਾ ਬੰਬੇ ਵੱਲ ਭੱਜਦਾ ਹੈ ਹਮ ਹਮ ਪਰ ਤੁਹਾਨੂੰ ਤਾਂ ਇੱਥੇ ਮਾਣੀ ਖੇੜੇ ਬੈਠਿਆਂ ਹੀ ਉਹ ਮਕਾਮ ਹਾਸਲ ਹੋ ਗਿਆ ਹੈ ਜਿਹਦੇ ਵਾਸਤੇ ਲੋਕਾਂ ਨੂੰ ਸਾਲ ਨਹੀਂ ਲੱਗ ਜਾਂਦੇ ਨੇ ਹਮ ਹਮ ਪਰ ਤੁਸੀਂ ਜਦੋਂ ਬੰਬੇ ਜਾਂਦੇ ਆ ਤੇ ਵਾਪਸ ਮਾਣੀ ਖੇੜੇ ਨੂੰ ਦੌੜਦੇ ਆ ਉੱਥੇ ਨਹੀਂ ਦਿਲ ਲੱਗਿਆ ਕਹਿੰਦੇ ਨੇ ਕਿ ਮਰਦ ਮਕਾਨੀ ਤੇ ਕੋੜੇ ਠਾਨੀ ਦੂਣਾ ਮੁੱਲ ਪਾਉਣ ਰੱਬ ਦਾ ਸ਼ੁਕਰ ਹੈ ਨਾਲੇ ਫਿਰ ਬੰਬੇ ਜਾ ਕੇ ਕੰਮ ਮੰਗੀਏ ਉਹ ਗੱਲ ਵੱਡੀ ਹੈ ਕਿ ਬੰਬੇ ਨੂੰ ਇੱਥੇ ਸੱਦੀ ਉਹ ਗੱਲ ਵੱਡੀ ਹੈ ਹੈ ਨਾ ਜਦੋਂ ਬੰਦਾ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਹੈ ਉਹ ਅੱਛੀ ਤੋਂ ਅੱਛੀ ਜਗਾ ਪਾਲਦਾ ਜਿੱਥੇ ਆਪਣੇ ਰਹਿائش ਰੱਖ ਸਕੇ ਮੇਰੇ ਖਿਆਲ ਵਿੱਚ ਮਾਣੀ ਖਿੜੇ ਨਾਲੋਂ ਵਧੀਆ ਮੈਨੂੰ ਕੋਈ ਜਗਾ ਨਹੀਂ ਲੱਗਦੀ ਦੁਨੀਆ ਤੇ ਮੇਰੇ ਵਾਸਤੇ ਤਖਤ ਹਜ਼ਾਰਾ ਹੈ ਮਾਨੀ ਕਿੜਾ ਵਾਹ ਤੁਸੀਂ ਰੱਬ ਤੇ ਭਰੋਸਾ ਕਰਦੇ ਹੋ ਇਹ ਰੱਬ ਦੀ ਤਾਂ ਕਿਰਪਾ ਹੈ ਸਾਰੇ ਨਹੀਂ ਤਾਂ ਮੈਂ ਮੇਰਾ ਮਜਮਾ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਦੇ ਮਹਾਵਾਕ ਅਨਸਾਰ ਜੋ ਕਿਰਪਾ ਹੈ ਮੇਰੇ ਉਸ ਕਲਗੀਧਰ ਪਾਤਸ਼ਾਹ ਦੀ ਹੈ ਦਸਾਂ ਗੁਰੂਆਂ ਦੇ ਸਰੂਪ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਹੈ ਸਾਰੀ ਇੱਕ ਅਨਜਾਨ ਬੰਦੇ ਨੂੰ ਇੱਕ ਜੱਟ ਜ਼ਿਮੀਂਦਾਰ ਬੰਦੇ ਨੂੰ ਇੱਕ ਫਿਲਮ ਐਕਟਰ ਬਣਾਤਾ ਇਹ ਉਹਦੀ ਸਾਰੀ ਕਿਰਪਾ ਤੁਹਾਡੀ ਜ਼ਿੰਦਗੀ ਤੇ ਕਿਸ ਸ਼ਖਸੀਅਤ ਦਾ ਤੁਹਾਡੇ ਤੇ ਜ਼ਿਆਦਾ ਪ੍ਰਭਾਵ ਪਿਆ ਮੇਰੀ ਜ਼ਿੰਦਗੀ ਤੇ ਹਮੇਸ਼ਾ ਤੋਂ ਮੇਰੇ ਬਾਪੂ ਜੀ ਦਾ ਅਸਰ ਰਿਹਾ ਤੁਹਾਡੇ ਬਾਪੂ ਜੀ ਸਨ ਇਸ ਕਰਕੇ ਜਾਂ ਕੋਈ ਹੋਰ ਵਜ੍ਹਾ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਬੰਦੇ ਨੂੰ ਆਪਣੇ ਬਾਪ ਨਾਲ ਪ੍ਰੇਮ ਹੁੰਦਾ ਪਿਆਰ ਹੁੰਦਾ ਉਹਨਾਂ ਦੀ ਇੱਜ਼ਤ ਹੁੰਦੀ ਹੈ ਪਰ ਉਹਨਾਂ ਦੇ ਜਿਹੜੇ ਗੁਣ ਸੀ ਉਹ ਹਮੇਸ਼ਾ ਤੋਂ ਮੈਨੂੰ ਬਹੁਤ ਅੱਛੇ ਲੱਗਦੇ ਸਨ ਮੈਂ ਅੱਜ ਤੱਕ ਇਹ ਸਮਝਦਾ ਕਿ ਅੱਧੇ ਵੀ ਗੁਣ ਉਹਨਾਂ ਦੇ ਮੇਰੇ ਵਿੱਚ ਆ ਜਾਣ ਤਾਂ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਬਹੁਤ ਵੱਡੀ ਗੱਲ ਸਮਝਾਂ ਜੇ ਉਹਨਾਂ ਦੇ ਅੱਧੇ ਗੁਣ ਵੀ ਆ ਜਾਣ ਜਿਸ ਤਰ੍ਹਾਂ ਕਿ ਸੰਨ 47 ਵੇਲੇ ਜਦ ਹਿੰਦੁਸਤਾਨ ਪਾਕਿਸਤਾਨ ਅਲੱਗ ਮੁਲਕ ਬਣ ਚੁੱਕੇ ਸਨ ਜਿੰਨੀਆਂ ਵੀ ਮਸੀਤਾਂ ਪੰਜਾਬ ਦੇ ਵਿੱਚ ਸਨ ਉਹਨਾਂ ਦੇ ਵਿੱਚ ਕੁਰਾਨ ਸ਼ਰੀਫ ਰੋਲ ਦੇ ਫਿਰਦੇ ਸਨ ਕੋਈ ਸੰਭਾਲਣ ਵਾਲਾ ਨਹੀਂ ਸੀ ਸਾਡੇ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਸੀ ਮੇਰੇ ਬਾਪੂ ਜੀ ਨੇ ਉਹਨਾਂ ਸਾਰੇ ਕੁਰਾਨ ਸ਼ਰੀਫ ਇਕੱਠਾ ਕੀਤੇ ਇੱਕ ਸਾਫ਼ ਚਾਦਰ ਦੇ ਵਿੱਚ ਉਹਨਾਂ ਨੂੰ ਬੰਨ ਕੇ ਬੜੇ ਅਦਬ ਦੇ ਨਾਲ ਬਾਰਡਰ ਪਾਰ ਕਰਵਾਇਆ ਪਾਕਿਸਤਾਨ ਭੇਜੇ ਪਾਕਿਸਤਾਨ ਭੇਜੇ ਉਸ ਦੌਰ ਦੇ ਵਿੱਚ ਜਿਨ੍ਹਾਂ ਮੁਸਲਮਾਨ ਭਰਾ ਇੱਥੇ ਲਾवारिस ਸਨ ਜਾਂ ਜਿਨ੍ਹਾਂ ਦੀ ਕੋਈ ਮਦਦ ਨਹੀਂ ਸੀ ਕਰਦਾ ਉਹਨਾਂ ਨੂੰ ਸਾਰਿਆਂ ਨੂੰ ਬੜੇ ਪਿਆਰ ਨਾਲ ਸਤਕਾਰ ਨਾਲ ਬਾਰਡਰ ਟਪਾਇਆ ਇੱਕ ਔਰਤ ਜਵਾਨ ਲੜਕੀ ਕੋਈ ਚੱਕ ਕੇ ਲੈ ਗਿਆ ਉਹਦੀ ਇੱਜ਼ਤ ਬਚਾਈ ਮਤਲਬ ਇਲਾਕਾ ਪਿੰਡ ਇਲਾਕਾ ਸਾਰੇ ਉਹਨਾਂ ਦਾ ਬੜਾ ਮਾਨ ਸਤਕਾਰ ਕਰਦੇ ਸਨ ਔਰ ਕਦੇ ਉਹ ਝੂਠ ਨਹੀਂ ਬੋਲਦੇ ਸਨ ਬੜੀ ਸੱਚੀ ਸੁੱਚੀ ਰੂਹ ਸੀ ਸਾਡੇ ਫਾਦਰ ਸਾਹਿਬ ਤਾਂ ਮੈਂ ਹਮੇਸ਼ਾ ਤੋਂ ਮੈਂ ਉਹਨਾਂ ਵਰਗਾ ਹੀ ਬਣਨਾ ਚਾਹਿਆ ਸਾਡੀਆਂ ਪੰਜਾਬੀ ਫਿਲਮਾਂ ਤੇ ਪਾਕਿਸਤਾਨੀ ਫਿਲਮਾਂ ਦੀ ਨਕਲ ਦਾ ਠੱਪਾ ਕਾਫੀ ਧੇਰ ਤੱਕ ਲੱਗਿਆ ਰਿਹਾ ਤੁਸੀਂ ਕੀ ਸਮਝਦੇ ਹੋ ਇਹਦਾ ਕੀ ਕਾਰਨ ਹੈ ਇਹ ਝੂਠ ਨਹੀਂ ਗੱਲ ਇਹ ਸਚਾਈ ਹੈ ਕਿ ਨਕਲ ਹੁੰਦੀ ਰਹੀ ਹੈ ਮੈਂ ਤਾਂ ਇਹ ਸਮਝਦਾ ਯਾਰ ਅਮਰੀਕਾ ਦੀ ਨਕਲ ਤਾਂ ਨਹੀਂ ਕੀਤੀ ਆਪਣੇ ਵੀਰਾਂ ਦੀ ਦੀ ਨਕਲੀ ਕੀਤੀ ਹੈ ਆਪਣੇ ਭਰਾਵਾਂ ਦੀ ਕੀਤੀ ਹੈ ਪਾਕਿਸਤਾਨ ਵਾਲੇ ਕੋਈ ਦੂਰ ਤਾਂ ਨਹੀਂ ਆਪਣੇ ਤੋਂ ਉਹ ਆਪਣੇ ਚੋਂ ਹੀ ਹੈ ਇੱਕ ਲਖੀਰ ਕੱਢਣ ਨਾਲ ਕੋਈ ਦੋ ਹੋ ਜਾਈਦਾ ਦੂਸਰੀ ਗੱਲ ਇਹ ਹੈ ਕਿ ਮੈਂ ਇੱਕ ਜੱਟ ਜ਼ਿਮੀਂਦਾਰ ਪਰਿਵਾਰ ਚੋਂ ਸਾਂ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ ਸੀ ਨਾ ਅੱਜ ਆਉਂਦਾ ਪੰਜਾਬੀ ਫਿਲਮਾਂ ਕਿਉਂਕਿ ਪਾਕਿਸਤਾਨ ਵਾਲੀਆਂ ਕਾਫੀ ਅੱਛੀਆਂ ਬਣਦੀਆਂ ਸੀ ਪਹਿਲੇ ਦਿਨ ਤੋਂ ਤਾਂ ਹਿੰਦੀ ਫਿਲਮਾਂ ਤਾਂ ਕੋਈ ਸ਼ੱਕ ਨਹੀਂ ਆਪਣੇ ਹਿੰਦੁਸਤਾਨ ਦੀ ਰੀਸ ਹੀ ਨਹੀਂ ਪੰਜਾਬੀ ਕਿਉਂਕਿ ਉਹ ਕਾਫੀ ਅੱਛੀਆਂ ਬਣਦੀਆਂ ਸਨ ਔਰ ਉੱਥੋਂ ਦੇ ਆਰਟਿਸਟ ਸੁਲਤਾਨ ਰਾਹੀ ਮੁਸਤਾਫਾ ਕੁਰੇਸ਼ੀ ਜਿਨ੍ਹਾਂ ਦੇ ਖਾਸ ਤੌਰ ਤੇ ਮੈਂ ਤੇ ਯੋਗਪਾਈ ਸਾਹਿਬ ਅਸੀਂ ਦੋਨੇ ਹੀ ਬੜੇ ਫੈਨਸ ਆ ਉਹਨਾਂ ਨੂੰ ਦੇਖ ਦੇਖ ਕੇ ਅਸੀਂ ਸਿੱਖਦੇ ਰਹੇ ਕਈ ਚੀਜ਼ਾਂ ਨਕਲ ਨਾ ਵੀ ਕੀਤੀਆਂ ਹੋਣ ਤਾਂ ਵੀ ਉਹ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਨਕਲ ਹੋਣੀ ਹੈ ਕਿਉਂਕਿ ਸਾਡਾ ਸਭ ਕੁਝ ਰਲਦਾ ਉਹਨਾਂ ਨਾਲ ਲਿਬਾਸ ਰਲਦਾ ਹੈ ਜ਼ੁਬਾਨ ਰਲਦੀ ਹੈ ਖਾਣ ਪੀਣ ਰਲਦਾ ਹੈ ਸਾਡਾ ਰਹਿਣ ਸਹਿਣ ਰਲਦਾ ਹੈ ਤਾਂ ਠੱਪਾ ਹੀ ਲੱਗੂਗਾ ਜੋ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਫਿੱਟ ਸੀਗੇ ਫਿਜ਼ੀਕਲੀ ਅੱਜ ਵੀ ਉਵੇਂ ਹੀ ਲੱਗਦੇ ਹੋ ਇਹ ਰਾਜ਼ ਦੀ ਗੱਲ ਜਰਾ ਮੈਨੂੰ ਵੀ ਦੱਸ ਦੋਗੇ ਤਾਂ ਮੈਂ ਵੀ ਆਪਣੇ ਇਸਤੇਮਾਲ ਚ ਲੈ ਲਾਂਗਾ ਮੈਂ ਤਾਂ ਇਹ ਸਮਝਦਾ ਹਾਂ ਜੀ ਕਿ ਚੰਗਾ ਖਾਣਾ ਪੀਣਾ ਚੰਗੀ ਵਰਜਿਸ਼ ਔਰ ਖਾਸ ਤੌਰ ਤੇ ਅੱਛੀ ਸੋਚ ਇਹ ਬੰਦੇ ਦੀ ਸਿਹਤ ਵਾਸਤੇ ਬਹੁਤ ਫਾਇਦਾ ਕਰਦੀ ਹੈ ਬਾਕੀ ਸਹੀ ਗੱਲ ਤਾਂ ਇਹ ਹੈ ਵਾਹਿਗੁਰੂ ਦੀ ਦੇਣ ਹੁੰਦੀ ਹੈ ਸਿਹਤ ਜਿਹਨੂੰ ਉਹ ਨਵਾਜ਼ਦਾ ਹੈ ਉਹ ਕੋਈ ਖਸਮਤ ਹੈ ਜੇ ਤੁਹਾਨੂੰ ਠੀਕ ਲੱਗਦਾ ਹੈ ਤਾਂ ਉਹਦੀ ਮਿਹਰੀ ਹੈ ਜਦੋਂ ਤੁਸੀਂ ਸ਼ੂਟਿੰਗ ਨਹੀਂ ਕਰ ਰਹੇ ਹੁੰਦੇ ਉਸ ਵੇਲੇ ਸਮੇਂ ਦੇ ਵਿੱਚ ਕਿਵੇਂ ਗੁਜ਼ਾਰਾਨ ਕਰਦੇ ਹੋ ਉਹ ਕੀ ਆਦੇ ਹੁੰਦੇ ਆਪਣਾ ਗਰਾਹ ਹੋਵੇ ਤੂਤਾਂ ਦੀ ਛਾਂ ਹੋਵੇ ਵਾਣ ਦੀ ਮੰਜੀ ਹੋਵੇ ਸਿਰ ਥੱਲੇ ਬਾਹ ਹੋਵੇ ਉਹ ਮੈਨੂੰ ਮੇਰੇ ਪਿੰਡ 'ਚ ਮਿਲਦੀ ਹੈ ਉੱਥੇ ਮੈਂ ਤੂਤਾਂ ਦੀ ਛਾਂ ਮਾਣਦਾ ਪਿੰਡ ਦੇ ਜਾਂ ਇਲਾਕੇ ਦੇ ਜੇ ਕਿਸੇ ਕੰਮ ਆ ਸਕਾਂ ਤਾਂ ਉਹ ਮੇਰੇ ਲਈ ਬੜੀ ਚੰਗੀ ਗੱਲ ਮੈਂ ਮਹਿਸੂਸ ਕਰਦਾ ਔਰ ਵੇਲੇ ਟਾਈਮ ਦੇ ਵਿੱਚ ਸਾਡੇ ਇਲਾਕੇ ਦੇ ਜਿਹੜੇ ਥੋੜਾ ਬਹੁਤ ਗਾ ਲੈਂਦੇ ਐ ਕੋਈ ਚੰਗਾ ਐਂਟਰਟੇਨਮੈਂਟ ਕਰ ਲੈਂਦੇ ਐ ਉਹਨਾਂ ਨੂੰ ਬੁਲਾ ਲਈਦਾ ਸ਼ੁਕਲ ਕਰ ਲਈਦਾ ਢੋਲ ਢਾਲ ਵਜਾ ਲਈਦਾ ਤੁਹਾਨੂੰ ਦਰਸ਼ਕ ਬਹੁਤ ਪਸੰਦ ਕਰਦੇ ਆ ਕੀ ਗੱਲ ਤੁਸੀਂ ਐਕਟਰ ਅੱਛੇ ਹੋ ਜਾਂ ਇਨਸਾਨ ਜਾਂ ਫਿਰ ਦੋਨੋਂ ਇਹਦਾ ਜਵਾਬ ਤਾਂ ਦਰਸ਼ਕ ਹੀ ਦੇ ਸਕਦੇ ਆ ਕਿ ਕੀ ਅੱਛਾ ਲੱਗਦਾ ਪਹਿਲੀ ਗੱਲ ਤੇ ਪਰ ਮੈਂ ਤਾਂ ਇਹ ਸਮਝਦਾ ਕਿ ਮੈਂ ਉਹਨਾਂ ਨੂੰ ਆਪਣਾ ਲੱਗਦਾ ਕਿਸੇ ਔਰਤ ਨੇ ਦੂਸਰੀ ਨੂੰ ਕਿਹਾ ਕਿ ਆ ਚੂਰੀ ਮੇਰੇ ਪੁੱਤਰ ਨੂੰ ਦੇ ਦੇ ਸਕੂਲ ਜਾ ਕੇ ਉਹ ਕਹਿਣ ਲੱਗੀ ਮੈਨੂੰ ਕੀ ਪਤਾ ਲੱਗੂਗਾ ਤੇਰਾ ਬੇਟਾ ਕਿਹੜਾ ਹੈ ਉਹ ਆਲੀ ਜਿਹੜਾ ਸਭ ਤੋਂ ਸੋਹਣਾ ਲੱਗੇ ਉਹ ਆਪਣੇ ਬੇਟੇ ਨੂੰ ਚੂਰੀ ਖਵਾਈ ਉਹ ਕਹਿੰਦੀ ਮੈਨੂੰ ਤਾਂ ਉਹ ਹੀ ਸਭ ਤੋਂ ਚੰਗਾ ਲੱਗਿਆ ਤੇ ਲੋਕਾਂ ਨੇ ਮੈਨੂੰ ਉਹ ਪਿਆਰ ਦੀ ਚੂਰੀ ਖਵਾਈ ਹੈ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਆਪਣਾ ਹੀ ਲੱਗਦਾ ਤੇਰੇ ਮਿੱਠੜੇ ਬੋਲਾਂ ਦਾ ਤੂੰ ਮਿਰਜ਼ਾ ਮਰੀਦ ਤੇ ਮੇਰੀ ਸੇਬਾ ਮੇਰੇ ਤਾਂ ਇੱਕ ਲੱਖ ਸਵਾਲ ਦਾ ਜਵਾਬ ਹੈ ਤੇਰਾ ਇਹ ਸੋਹਣਾ ਮੁਖੜਾ ਤੁਸੀਂ ਕੀ ਸਮਝਦੇ ਹੋ ਕਿ ਪੰਜਾਬੀ ਫਿਲਮਾਂ ਦਾ ਮਿਆਰ ਠੀਕ ਹੈ ਮਿਆਰ ਦੀ ਗੱਲ ਕਰੀਏ ਤਾਂ ਅੱਗੇ ਨਾਲ ਬਹੁਤ ਅੱਛਾ ਹੋ ਰਿਹਾ ਹੈ ਕਾਫੀ ਅੱਛੇ ਲੋਕ ਜਿਹੜੇ ਹਿੰਦੀ ਇੰਡਸਟਰੀ ਦੇ ਲੋਕ ਹੈ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਆ ਚੁੱਕੇ ਹੈ ਬੜਾ ਅੱਛਾ ਬਜਟ ਹੋ ਗਿਆ ਮੈਂ ਤਾਂ ਇਹ ਸਮਝਦਾ ਕਿ ਅੱਗੇ ਨੂੰ ਚੰਗਾ ਹੀ ਹੋਣਾ ਗੋਗੋ ਜੀ ਇੱਕ ਆਖਰੀ ਸਵਾਲ ਬਹੁਤ ਟਾਈਮ ਤੋਂ ਤੁਹਾਡੀਆਂ ਫਿਲਮਾਂ ਨਹੀਂ ਆਈਆਂ ਪੁਰਾਣੇ ਜ਼ਮਾਨੇ ਦੇ ਵਿੱਚ ਕੋੜਿਆਂ ਨੂੰ ਕਾਫੀ ਸਵਾਰੀ ਲੈਣ ਤੋਂ ਬਾਅਦ ਉਹਨਾਂ ਨੂੰ ਇੱਕ ਰੈਸਟ ਦਿੱਤੀ ਜਾਂਦੀ ਹੁੰਦੀ ਸੀ। ਨੇਹਰ ਦਿੱਤਾ ਜਾਂਦਾ ਹੁੰਦਾ ਸੀ। ਨੇਰੇ ਕਮਰੇ ਦੇ ਵਿੱਚ ਉਹਨੂੰ ਬੰਨ੍ਹ ਕੇ ਖੁਰਾਕਾਂ ਦਿੱਤੀਆਂ ਜਾਂਦੀਆਂ ਸਨ। ਛੋਲੇ-ਛਾਲੇ ਝਾਰਦੇ ਸਨ। ਤੇ ਬਾਅਦ ਵਿੱਚ ਜਦੋਂ ਉਹਨੂੰ ਕੋੜੇ ਨੂੰ ਕੱਢਿਆ ਜਾਂਦਾ ਸੀ ਤਾਂ ਉਹ ਨਵਾਂ ਨਰਵਾ ਹੋ ਕੇ ਸਵਾਰੀ ਵਾਸਤੇ ਤਿਆਰ ਹੋ ਜਾਂਦਾ ਸੀ। ਅਸੀਂ ਵੀ ਉਸ ਕਲਾ ਰੂਪੀ ਕੋੜੇ ਨੂੰ ਨੇਰ ਦੇ ਚੁੱਕੇ ਹਾਂ। ਹੁਣ ਤੁਸੀਂ ਦੇਖੋਗੇ ਆਉਣ ਵਾਲੇ ਵਕਤ ਦੇ ਵਿੱਚ ਕਾਫੀ ਨਵੀਆਂ ਫਿਲਮਾਂ ਆ ਰਹੀਆਂ। ਜਿਨ੍ਹਾਂ ਦੇ ਵਿੱਚੋਂ ਮਹਿੰਦੀ ਵਾਲੇ ਹੱਥ ਪਹਿਲਾਂ ਰਿਲੀਜ਼ ਹੋਣ ਵਾਲੀ ਹੈ ਅਗਲੇ ਮਹੀਨੇ ਵੈਰੀ ਗੁੱਡ ਇੱਕ ਵਾਰ ਟੈਲੋ ਹਾਂਜੀ ਹਾਂ ਉਸ ਦੇ ਉਸ ਦੇ ਨਾਲ ਹੀ ਅ ਰੁਸਤਮੇ ਹਿੰਦ ਮਤਲਬ ਇੱਕ ਇੱਕ ਕਰਕੇ ਰਿਲੀਜ਼ ਤੇ ਅਖੀਰ ਦੇ ਵਿੱਚ ਗਗੂ ਜੀ ਤੁਸੀਂ ਸਾਡੇ ਪੰਜਾਬੀ ਟਾਕੀਜ਼ ਦੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹੋ ਹੀ ਹੈ ਜੀ ਕਿ ਆਪਾਂ ਸਾਰੇ ਭਾਰਤ ਮਾਤਾ ਦੇ ਬੱਚੇ ਆ ਆਪਣਾ ਪੰਜਾਬ ਜਿੱਥੇ ਆਪਾਂ ਰਹਿ ਰਹੇ ਆ ਉਸ ਨੂੰ ਆਪਾਂ ਬੜੀਆਂ ਬੁਲੰਦੀਆਂ ਤੇ ਲੈ ਕੇ ਜਾਣਾ ਹੈ ਤਾਂ ਜੋ ਆਪਣੀ ਭਾਰਤ ਮਾਤਾ ਦਾ ਸਿਰ ਉੱਚਾ ਹੋ ਸਕੇ ਮੈਂ ਮੇਰੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਤੇ ਛੋਟੀਆਂ ਪੈਣਾ ਨੂੰ ਇਹੋ ਹੀ ਕਾਂਗਾ ਕਿ ਮਾਪਿਆਂ ਦੀ ਸੇਵਾ ਕਰੋ ਉਹਨਾਂ ਦੇ ਕਹਿਣੇ ਤੇ ਚੱਲੋ ਉਹ ਕੰਮ ਕਰੋ ਜਿਸ ਨਾਲ ਤੁਹਾਡੇ ਮਾਪਿਆਂ ਦਾ ਸਿਰ ਉੱਚਾ ਹੋਵੇ ਤੁਹਾਡੇ ਮੁਲਕ ਦਾ ਸਿਰ ਉੱਚਾ ਹੋਵੇ ਬਸ ਇਹੋ ਹੀ ਮੇਰਾ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੋਈ ਗਲਤ ਬੋਲਿਆ ਗਿਆ ਹੋਵੇ ਤਖੇਮਾਂ ਦਾ ਜਾਚਕ ਪਿਆਰੇ ਦਰਸ਼ਕੋ ਇਹ ਸੰਸਾਡੇ ਹਰਮਨ ਪਿਆਰੇ ਮਿੱਠ ਬੋਲੜੇ ਗੁੱਗੂ ਗਿੱਲ ਅਗਲੀ ਵਾਰੀ ਤੁਹਾਡੇ ਸਾਹਮਣੇ ਤੁਹਾਡੇ ਰੋਬਰੂ ਲੈ ਕੇ ਆ ਰਹੇ ਹਾਂ ਇੱਕ ਹੋਰ ਪੰਜਾਬੀ ਫਿਲਮੀ ਹਸਤੀ ਨੂੰ ਤਦ ਤੱਕ ਲਈ ਸ਼ਵਿੰਦਰ ਮਾਲ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਚੈਨ ਪੰਜਾਬ ਸ਼ਾਨ ਪੰਜਾਬ ਦੀ